ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਸਵਾਗਤ ਆ ਤੁਹਾਡਾ ਇੱਕ ਨਵੀਂ ਵੀਡੀਓ 'ਚ। ਅੱਜ ਦੀ ਵੀਡੀਓ ਦਾ ਟੋਪਿਕ ਹੈ ਅਰਥਬੋਧ, ਪੰਜਾਬੀ ਗ੍ਰਾਮਰ ਦਾ ਅਗਲਾ ਟੋਪਿਕ, ਲਗਭਗ ਲਾਸਟ ਟੋਪਿਕ ਹੁੰਦਾ ਹੈ ਪੰਜਾਬੀ ਗ੍ਰਾਮਰ ਦਾ ਅਰਥਬੋਧ। ਅਰਥਬੋਧ ਦੀ ਪਰਿਭਾਸ਼ਾ ਜਾਣਦੇ ਹਾਂ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਉਹਦੀਆਂ ਕਿਸਮਾਂ ਦੇਖਾਂਗੇ। ਅਰਥਬੋਧ ਤੋਂ ਭਾਵ ਸ਼ਬਦਾਂ ਦੀ ਅਰਥ ਦੇ ਪੱਖ ਦੀ ਕੀਤੀ ਗਈ ਵਿਆਖਿਆ। ਇਸ ਵਿੱਚ ਹੇਠ ਲਿਖੇ ਅਨੁਸਾਰ ਵਿਆਖਿਆ ਕੀਤੀ ਜਾਂਦੀ ਹੈ: ਬਹੁ ਅਰਥਕ, ਸਮਾਨ ਅਰਥਕ, ਵਿਰੋਧੀ ਅਰਥਕ ਜਾਂ ਵਿਰੋਧਾਰਥਕ ਜਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਇਹ ਹੁੰਦੇ ਨੇ ਅਰਥਬੋਧ, ਠੀਕ ਹੈ, ਇਹ ਹੁੰਦੇ ਨੇ ਅਰਥਬੋਧ। ਤਾਂ ਦੁਬਾਰਾ ਦੀ ਪਰਿਭਾਸ਼ਾ ਪੜ੍ਹਦੇ ਹਾਂ ਇੱਕ ਵਾਰ। ਅਰਥਬੋਧ ਤੋਂ ਭਾਵ ਹੈ ਸ਼ਬਦਾਂ ਦੀ ਅਰਥ ਦੇ ਪੱਖ ਤੋਂ ਕੀਤੀ ਗਈ ਵਿਆਖਿਆ। ਇਸ ਵਿੱਚ ਹੇਠ ਲਿਖੇ ਅਨੁਸਾਰ ਵਿਆਖਿਆ ਕੀਤੀ ਜਾ ਸਕਦੀ ਹੈ: ਬਹੁ ਅਰਥਕ, ਸਮਾਨ ਅਰਥਕ, ਵਿਰੋਧੀ ਅਰਥਕ ਜਾਂ ਵਿਰੋਧ ਅਰਥਕ ਜਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਠੀਕ ਹੈ। ਹੁਣ ਅਸੀਂ ਪੜ੍ਹਦੇ ਹਾਂ ਬਹੁ ਅਰਥਕ। ਬਹੁ ਅਰਥਕ ਸ਼ਬਦ ਉਹ ਹੁੰਦੇ ਜਿਹਦੇ ਵੱਖ ਵੱਖ ਪ੍ਰਸੰਗਾਂ ਵਿੱਚ ਵੱਖ ਵੱਖ ਅਰਥ ਨਿਕਲਦੇ ਹੋਣ। ਉਦਾਹਰਣ ਲਈ, ਜੱਗ ਸ਼ਬਦ ਦੀ ਇੱਥੇ ਅਰਥ ਬਣਦੇ ਨੇ: ਉਸ ਨੂੰ ਇੰਨੀ ਪਿਆਸ ਲੱਗੀ ਸੀ ਕਿ ਉਹ ਪਾਣੀ ਦਾ ਜੱਗ ਪੀ ਗਿਆ। ਪਿੰਡ ਵਿੱਚ ਜੱਗ ਹੋਇਆ ਤਾਂ ਸਭ ਨੇ ਰੱਜ ਕੇ ਖਾਧਾ। ਸਿਆਣੇ ਕਹਿੰਦੇ ਹਨ ਇਹ ਜੱਗ ਮਿੱਠਾ, ਅਗਲਾ ਕਿਨ ਡਿੱਠਾ। ਹੁਣ ਇਹ ਤਿੰਨਾਂ ਦੇ ਵਿੱਚ ਅਲੱਗ ਅਲੱਗ, ਇੱਕ ਦੇ ਵਿੱਚ ਅਖਾਣ ਵਿੱਚ ਵਰਤੋਂ ਕੀਤੀ ਗਈ, ਇੱਕ ਜੱਗ ਪਾਣੀ ਵਾਲੇ ਜੱਗ ਦੀ ਗੱਲ ਕੀਤੀ, ਇੱਕ ਜੱਗ ਚੌਲਾਂ ਵਾਲਾ ਜੱਗ ਜਿਹੜਾ ਹੁੰਦਾ ਉਹ ਗੱਲ ਕੀਤੀ ਗਈ ਆ। ਤੁਸੀਂ ਆਪ ਦੇਖੋ ਤਿੰਨਾਂ ਦੇ ਵਿੱਚ ਅਲੱਗ ਅਲੱਗ ਜਿਹੜੇ ਨੇ ਅਰਥ ਨਿਕਲ ਰਹੇ ਨੇ। ਬਹੁ ਅਰਥਕ ਸ਼ਬਦ ਆ ਇਹ, ਠੀਕ ਹੈ। ਅੱਗੇ ਅਸੀਂ ਗੱਲ ਕਰ ਰਹੇ ਹਾਂ ਬਹੁ ਅਰਥਕ ਸ਼ਬਦ ਦੀ ਉੱਤਰ ਦੀ, ਭਾਵ ਬੁਖਾਰ ਉੱਤਰ ਗਿਆ, ਹੜ੍ਹ ਦਾ ਪਾਣੀ ਉੱਤਰ ਗਿਆ, ਕੱਪੜੇ ਦਾ ਰੰਗ ਉੱਤਰ ਗਿਆ, ਬੱਸ ਵਿੱਚੋਂ ਸਵਾਰੀ ਉੱਤਰ ਗਈ। ਕਿੰਨੇ ਤਰ੍ਹਾਂ ਦੇ ਅਰਥ ਬਣ ਰਹੇ ਨੇ ਇੱਕ ਸ਼ਬਦ ਦੇ, ਸੋ ਇਹਨੂੰ ਕਹਿੰਦੇ ਨੇ ਬਹੁ ਅਰਥਕ। ਹੁਣ ਅਸੀਂ ਪੰਜ ਇਗਜ਼ਾਮਪਲਾਂ ਦੇਖਾਂਗੇ। ਵੈਸੇ ਤਾਂ ਬਹੁਤ ਸਾਰੀਆਂ ਇਗਜ਼ਾਮਪਲਾਂ ਇੱਥੇ ਦਿੱਤੀਆਂ ਹੋਈਆਂ, ਅਸੀਂ ਪੰਜ ਦੇਖਾਂਗੇ। ਉੱਚਾ, ਇਸ ਪਿੰਡ ਵਿੱਚ ਸਾਡਾ ਘਰ ਸਭ ਤੋਂ ਉੱਚਾ ਹੈ, ਉੱਚਾਈ ਦੀ ਗੱਲ ਕੀਤੀ ਗਈ ਆ। ਉਸ ਨੂੰ ਉੱਚਾ ਸੁਣਦਾ, ਉਸ ਨੂੰ ਸੁਣਨ ਦੀ ਗੱਲ ਕਿ ਉਹਨੂੰ ਬਹੁਤ ਉੱਚੀ ਸੁਣਦਾ, ਉਹ ਬੋਲਾ ਵਾ। ਨਾਈ ਲਈ ਉੱਚਾ ਇੱਕ ਸੰਦ ਜ਼ਰੂਰੀ ਹੈ, ਇੱਕ ਉੱਚਾ ਛੰਦ ਹੁੰਦਾ। ਇੱਕ ਉਸ ਵਿਅਕਤੀ ਦਾ ਵਿਅਕਤਿਤਵ ਬਹੁਤ ਉੱਚਾ ਹੈ, ਬਹੁਤ ਉੱਚੇ ਸੁਭਾਅ ਦਾ, ਉਹ ਵਧੀਆ ਸੁਭਾਅ ਦਾ, ਉਹ ਗੱਲ ਕੀਤੀ ਗਈ ਆ। ਉੱਤਰ, ਹਿਮਾਲਿਆ ਪਰਬਤ ਭਾਰਤ ਦੇ ਉੱਤਰ ਵੱਲ ਹੈ, ਢੁਕਵਾਂ ਉੱਤਰ ਦੇਣ ਵਾਲੇ ਨੂੰ ਅੰਕ ਪੂਰੇ ਦਿੱਤੇ ਜਾਣਗੇ। ਰਾਮ ਦਾ ਗੁੱਟ ਉੱਤਰ ਗਿਆ, ਉੱਤਰ ਗਿਆ ਮਤਲਬ ਉਹਦਾ ਗੁੱਟ ਟੁੱਟ ਗਿਆ, ਢੁਕਵਾਂ ਉੱਤਰ ਮਤਲਬ ਸਹੀ ਉੱਤਰ, ਹਿਮਾਲਿਆ ਪਰਬਤ ਮਤਲਬ ਉੱਤਰ ਦਿਸ਼ਾ ਦੀ ਗੱਲ ਕੀਤੀ ਗਈ ਆ। ਇੱਕੋ ਸ਼ਬਦ ਦੇ ਬਹੁ ਅਰਥ ਜਿਹੜੇ ਨੇ ਉਹ ਨਿਕਲ ਰਹੇ ਨੇ। ਇੱਦਾਂ ਹੀ ਉਸਤਾਦ ਦਾ ਵਾ, ਉਲਟੀ ਦਾ, ਅੱਕ ਦਾ, ਠੀਕ ਹੈ। ਤੁਸੀਂ ਇੱਥੇ ਪੜ੍ਹ ਸਕਦੇ ਹੋ ਵੀਡੀਓ ਨੂੰ ਪੌਜ਼ ਕਰਕੇ, ਕਿਉਂਕਿ ਮੇਰਾ ਮੇਨ ਮੋਟਿਵ ਹੈ ਤੁਹਾਨੂੰ ਸਮਝਾਉਣ ਦਾ। ਸਮਝਾਉਣ ਦੇ ਨਾਲ ਨਾਲ ਤੁਹਾਨੂੰ ਜਿਹੜਾ ਇੱਥੇ ਬਿਲਕੁਲ ਅੱਛੀ ਤਰੀਕੇ ਨਾਲ ਸਮਝ ਆਵੇ, ਉਹ ਵਾਲਾ ਆਪਣਾ ਅਰਥ ਹੈ, ਠੀਕ ਹੈ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਨੈਕਸਟ, ਜਿਹੜਾ ਵਾ ਆਪਣਾ ਹੈਗਾ ਸਮਾਨ ਅਰਥਕ। ਸਮਾਨ ਅਰਥਕ ਕੀ ਹੁੰਦਾ? ਸਮਾਨ ਅਰਥਕ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੁੰਦਾ, ਸਮਾਨ ਪਲੱਸ ਅਰਥਕ। ਸਮਾਨ ਤੋਂ ਭਾਵ ਇੱਕੋ ਜਿਹਾ, ਅਰਥਕ ਤੋਂ ਭਾਵ ਅਰਥ ਵਾਲਾ, ਜੋ ਸ਼ਬਦ ਵੱਖ ਵੱਖ ਹੁੰਦੇ ਹੋਏ ਵੀ ਇੱਕੋ ਹੀ ਅਰਥ ਪ੍ਰਗਟ ਕਰਨ, ਉਹਨਾਂ ਨੂੰ ਕਹਿੰਦੇ ਨੇ ਸਮਾਨ ਅਰਥਕ। ਜਿਵੇਂ ਕਿ ਉਸਤਦ, ਸ਼ਲਾਂਘਾ, ਉਪਮਾ, ਪ੍ਰਸ਼ੰਸਾ ਅਤੇ ਵਡਿਆਈ। ਸਾਰਿਆਂ ਦਾ ਇੱਕੋ ਹੀ ਮਤਲਬ ਬਣਦਾ ਨਾ, ਵਡਿਆਈ ਕਰਨੀ ਮਤਲਬ ਕਿਸੇ ਦੀ ਤਾਰੀਫ ਕਰਨੀ, ਸ਼ਲਾਘਾ ਕਰਨੀ, ਉਪਮਾ ਕਰਨੀ, ਪ੍ਰਸ਼ੰਸਾ ਕਰਨੀ। ਇਹ ਦੋਨਾਂ ਦੇ ਅਰਥ ਇੱਕੋ ਨੇ, ਲੇਕਿਨ ਇਹਨੂੰ ਕਹਿੰਦੇ ਨੇ ਸਮਾਨ ਅਰਥਕ। ਉਸਤਾਦ ਕੀ ਹੁੰਦਾ? ਅਧਿਆਪਕ ਹੁੰਦਾ, ਸਿੱਖਿਅਕ ਹੁੰਦਾ, ਗੁਰੂ ਹੁੰਦਾ। ਉਚਿਤ ਕੀ ਹੁੰਦਾ? ਠੀਕ ਹੁੰਦਾ, ਯੋਗ ਹੁੰਦਾ, ਢੁਕਵਾਂ ਹੁੰਦਾ, ਸਹੀ ਹੁੰਦਾ। ਉਜੱਡ ਕੀ ਹੁੰਦਾ? ਅੱਖਰ ਹੁੰਦਾ, ਗਵਾਰ ਹੁੰਦਾ, ਮੂਰਖ ਹੁੰਦਾ। ਅੱਖੜ ਮਤਲਬ ਗਵਾਰ, ਕੁਛ ਨਹੀਂ ਆਉਂਦਾ ਇਹਨੂੰ, ਉਹ ਚੀਜ਼ ਹੈ। ਉੱਜਲ ਹੁੰਦਾ ਸਾਫ਼, ਨਿਰਮਲ, ਸਵੱਛ। ਉੱਜਲ ਭਵਿੱਖ, ਬਹੁਤ ਵਧੀਆ, ਸਾਫ਼ ਭਵਿੱਖ, ਪਤਾ ਵਾ ਸਾਰਿਆਂ ਨੂੰ।
ਉੱਤਮ ਹੁੰਦਾ ਚੰਗਾ ਸ੍ਰੇਸ਼ਟ ਵਧੀਆ, ਉੱਦਮ ਹੁੰਦਾ ਉਪਰਾਲਾ ਯਤਨ ਕੋਸ਼ਿਸ਼। ਬੜਾ ਵਧੀਆ ਜਿਹੜਾ ਇੱਥੇ ਦਿੱਤੀ ਗਈ ਐਗਜ਼ਾਮਪਲ। ਇਸ ਤਰ੍ਹਾਂ ਬਾਕੀ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਦੇਖ ਸਕਦੇ ਹੋ, ਠੀਕ ਹੈ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਵਿਰੋਧ, ਵਿਰੋਧਾਰਥਕ, ਠੀਕ ਹੈ। ਵਿਰੋਧਾਰਥਕ ਕੀ ਹੁੰਦੇ ਨੇ? ਇੱਕ ਦੇ ਉਲਟ ਭਾਵ, ਠੀਕ ਹੈ। ਪਹਿਲਾਂ ਪਰਿਭਾਸ਼ਾ ਪੜ੍ਹਦੇ ਹਾਂ। ਕਿਸੇ ਸ਼ਬਦ ਦੇ ਵਿਰੋਧੀ ਭਾਵਾਂ ਜਾਂ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਵਿਰੋਧਾਰਥਕ ਕਹਿੰਦੇ ਨੇ, ਠੀਕ ਹੈ। ਵਿਰੋਧੀ ਸ਼ਬਦ ਕਹਿੰਦੇ ਨੇ, ਵੈਸੇ ਇਹਨੂੰ ਵਿਰੋਧੀ ਸ਼ਬਦ ਕਹਿੰਦੇ ਹੁੰਦੇ ਆ। ਵਿਆਕਰਨ ਵਿੱਚ ਇਹਨੂੰ ਵਿਰੋਧਾਰਥਕ ਵੀ ਕਹਿੰਦੇ ਨੇ, ਠੀਕ ਹੈ। ਜਿਵੇਂ ਉਸਤਦ ਨਿੰਦਿਆ, ਉਚਾਣ ਨਿਵਾਨ, ਉੱਚੀ ਹੌਲੀ, ਠੀਕ ਹੈ। ਉੱਜੜਨਾ ਵਸਾਉਣਾ, ਉੱਠਣਾ ਬੈਠਣਾ, ਊਣਾ ਉਧੇੜਨਾ, ਊਣਾ ਮਤਲਬ ਸਿਆਉਣਾ, ਉਤਰਨਾ ਚੜ੍ਹਨਾ, ਉੱਦਮੀ ਆਲਸੀ, ਉੱਪਰ ਹੇਠਾਂ, ਉੱਪਰਾ ਜਾਣੂਕਾਰ ਜਾਂ ਜਾਣੂ ਜਾਂ ਜਾਣਕਾਰ, ਉਰਲਾ ਪਰਲਾ, ਊਚ ਨੀਚ, ਊਣਾ ਭਰਿਆ, ਅਸਲੀ ਨਕਲੀ, ਉੱਚਾ ਨੀਵਾਂ, ਇਹ ਕੀ ਨੇ? ਵਿਰੋਧੀ ਸ਼ਬਦ, ਠੀਕ ਹੈ। ਬਾਕੀ ਵੀ ਤੁਸੀਂ ਇੱਥੇ ਵੀਡੀਓ ਪੌਜ਼ ਕਰਕੇ ਪੜ੍ਹ ਸਕਦੇ ਹੋ, ਲਿਖ ਸਕਦੇ ਹੋ। ਜਿਵੇਂ ਕਪੁੱਤਰ ਸਪੁੱਤਰ, ਕੱਲ ਅੱਜ, ਕਾਲਾ ਗੋਰਾ, ਕੁੜੱਤਣ ਮਿਠਿਆਸ, ਕੌੜਾ ਮਿੱਠਾ, ਖੱਟਣਾ ਗੁਆਚਣਾ, ਇਹ ਸਾਰੇ ਕੀ ਨੇ? ਵਿਰੋਧੀ ਸ਼ਬਦ। ਬਹੁਤੇ ਸ਼ਬਦਾਂ ਦੀ ਇੱਕ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਇਸ ਇਹਦਾ ਅਗਲਾ ਭਾਗ ਆ। ਤਾਂ ਹੁਣ ਅਸੀਂ ਇਹਦੀ ਪਰਿਭਾਸ਼ਾ ਪੜ੍ਹਦੇ ਹਾਂ, ਉਸ ਤੋਂ ਬਾਅਦ ਆਪਾਂ ਕੁਝ ਐਗਜ਼ਾਮਪਲਾਂ ਨੂੰ ਦੇਖਾਂਗੇ। ਉਹ ਸ਼ਬਦ, ਇਹ ਉਹ ਸ਼ਬਦ ਹੁੰਦੇ ਨੇ ਜਿਸ ਦਾ ਅਰਥ ਇੱਕ ਤੋਂ ਵਧੇਰੇ ਸ਼ਬਦਾਂ ਵਿੱਚ ਜਾਂ ਪੂਰੇ ਵਾਕ ਵਿੱਚ ਸਪਸ਼ਟ ਹੁੰਦਾ, ਜਾਂ ਇੱਕ ਵਾਕ 'ਚੋਂ ਇੱਕ ਸ਼ਬਦ 'ਚ ਹੁੰਦਾ ਜਾਂ ਪੂਰੇ ਵਾਕ 'ਚ ਹੁੰਦਾ। ਜੇ ਅਸੀਂ ਪੂਰਾ ਵਾਕ ਪੜ੍ਹ ਲਈਏ ਤਾਂ ਵੀ ਉਹਦਾ ਉਹੀ ਅਰਥ ਆ, ਜੇਕਰ ਅਸੀਂ ਇੱਕ ਸ਼ਬਦ ਪੜ੍ਹ ਲਈਏ ਤਾਂ ਵੀ ਉਹਦਾ ਅਰਥ ਆ, ਠੀਕ ਹੈ। ਹੁਣ ਅਸੀਂ ਉਹਨੂੰ ਪੜ੍ਹਦੇ ਹਾਂ। ਉਹ ਪਾਠ ਜੋ ਸ਼ੁਰੂ ਹੋ ਕੇ ਅੰਤ ਤੱਕ ਅਰੁੱਕ ਕੀਤਾ ਜਾਵੇ, ਮਤਲਬ ਬਿਨਾਂ ਰੁਕੇ ਕੀਤਾ ਜਾਵੇ, ਬਿਨਾਂ ਰੁਕੇ ਲਗਾਤਾਰ ਚੱਲਣ ਵਾਲਾ ਪਾਠ, ਅਖੰਡ ਪਾਠ। ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ ਅਖਾੜਾ, ਉਹ ਥਾਂ ਸਭ ਦੀ ਸਾਂਝੀ ਹੁੰਦੀ ਹੈ ਸ਼ਾਮਲਾਟ। ਉਹ ਪੁਸਤਕ ਜਿਸ ਵਿੱਚ ਲਿਖਾਰੀ ਆਪਣੀ ਜੀਵਨੀ ਬਾਰੇ ਲਿਖਦਾ ਹੈ, ਸਵੈ ਜੀਵਨੀ। ਉਹ ਪੁਸਤਕ ਜਿਸ ਵਿੱਚ ਲਿਖਾਰੀ ਨੇ ਕਿਸੇ ਹੋਰ ਵਿਅਕਤੀ ਦੀ ਜੀਵਨੀ ਲਿਖੀ ਹੁੰਦੀ ਹੈ, ਜੀਵਨੀ, ਠੀਕ ਹੈ। ਅਤੇ ਉਹ ਅਖਬਾਰ ਜੋ ਹਫ਼ਤੇ 'ਚ ਇੱਕ ਵਾਰ ਰੱਖਦਾ, ਸਪਤਾਹਿਕ ਅਖਬਾਰ। ਇਸ ਤੋਂ ਇਲਾਵਾ ਬਾਕੀ ਇਗਜ਼ਾਮਪਲਾਂ ਤੁਸੀਂ ਦੇਖ ਸਕਦੇ ਹੋ ਇੱਥੇ, ਠੀਕ ਹੈ। ਮੈਂ ਤੁਹਾਨੂੰ ਦੋ ਦੋ ਤਿੰਨ ਤਿੰਨ ਜਾਂ ਪੰਜ ਇਗਜ਼ਾਮਪਲਾਂ ਦੇਣ ਦੀ ਕੋਸ਼ਿਸ਼ ਕੀਤੀ ਨਾ, ਤੁਹਾਨੂੰ ਚੰਗੀ ਤਰੀਕੇ ਨਾਲ ਸਮਝ ਲੱਗ ਸਕੇ। ਸੋ ਇਹ ਸੀ ਆਪਣਾ ਵਾਕਬੋਧ ਤੋਂ ਬਾਅਦ ਸਾਡਾ ਅਰਥਬੋਧ। ਇਹਦੇ ਅਰਥਬੋਧ ਵਿੱਚ ਅੱਗੇ ਅੱਗੇ ਸੱਸੇ ਤੱਕ, ਊੜਾ ਆੜਾ ਈੜੀ ਸੱਸਾ, ਚਾਰ ਇਹਦੀਆਂ ਅੱਗੇ ਇਗਜ਼ਾਮਪਲਾਂ ਸੀ, ਕਿਸਮਾਂ ਸੀ, ਉਹਨਾਂ ਬਾਰੇ ਪੜ੍ਹਿਆ। ਆਲਮੋਸਟ ਪੰਜਾਬੀ ਗ੍ਰਾਮਰ ਇੱਥੇ ਸਾਡੀ ਕੰਪਲੀਟ ਹੋ ਚੁੱਕੀ ਹੈ। ਪੰਜਾਬੀ ਗ੍ਰਾਮਰ ਦਾ ਅਗਲਾ ਟੋਪਿਕ ਜਿਹੜਾ ਸੀ ਨੈਕਸਟ ਵੀਡੀਓ 'ਚ ਕਰਾਂਗੇ। ਧੰਨਵਾਦ, ਵੀਡੀਓ ਨੂੰ ਸ਼ੇਅਰ ਕਰੋ।